ਜ਼ਿਲ੍ਹੇ ਬਰਨਾਲੇ ਦਾ ਕਹਿੰਦੇ ਢਲਵਾਂ ਪਿੰਡ ਹੋਵੇਗਾ ਜਿੱਥੇ ਕਿ ਨਰੋਲ ਪੱਧਰ ਦੇ ਕਹਿ ਲਈ ਵਿਕਾਸ ਦਾ ਸਭ ਤੋਂ ਵੱਡਾ ਮੇਲਾ ਹੋਣ ਜਾ ਰਿਹਾ ਹੈ ਜਿੱਥੇ ਪਹਿਲਾ ਪ੍ਰਾਈਜ 1 ਲੱਖ ਰੁਪਇਆ ਹੋਵੇਗਾ ਤੇ ਦੂਜਾ ਪ੍ਰਾਈਜ 61,000 ਰੁਪਇਆ ਹੋਵੇਗਾ ਤੇ ਉਸ ਟੂਰਨਾਮੈਂਟ ਦੇ ਉੱਪਰ ਉਹ ਟੀਮਾਂ ਨੂੰ ਜਿਹੜੀ ਪਹਿਲ ਦਿੱਤੀ ਜਾਣੀ ਹੈ ਜਿਹੜੀਆਂ ਟੀਮਾਂ ਆਪਣੇ ਪਿੰਡ ਨਰੋਲ ਟੂਰਨਾਮੈਂਟ ਕਰਾਉਂਦੀਆਂ ਨੇ ਤੇ ਭਰਾ ਸਾਡੇ ਕਹਿੰਦੇ ਹੈ ਵੀ ਜਿਹੜੇ ਪਿੰਡ 3 ਵਾਰਾਂ ਦੇ ਜਿਹੜਾ ਟੂਰਨਾਮੈਂਟ ਹੁੰਦਾ ਉਹ ਪਿੰਡ ਦੀਆਂ ਟੀਮਾਂ ਉਸ ਟੂਰਨਾਮੈਂਟ ਦੇ ਜਿਹੜੀਆਂ ਐਂਟਰ ਨਹੀਂ ਕੀਤੀਆਂ ਜਾਣੀਆਂ ਉਸ ਕਰਕੇ ਨੋਟ ਕਰੋ ਸਾਰੇ ਵੀਰ ਜ਼ਿਲ੍ਹੇ ਬਰਨਾਲੇ ਦਾ ਢਲਵਾਂ ਪਿੰਡ ਨਰੋਲ ਦਾ ਮੇਲਾ ਤੇ ਪਹਿਲਾ ਪ੍ਰਾਈਜ 1 ਲੱਖ ਤੇ ਦੂਜਾ 61,000 ਰੁਪਇਆ ਦਿੱਤਾ ਹੈ ਔਰ ਵੱਡਾ ਮੇਲਾ ਹੋਣਾ ਮੇਰੇ ਵੀਰੋ ਸਾਹਮਣੇ ਦੇਖਾਂਗੇ ਬਾਹਰ ਪਾਣੀ।